ਵਣਜੋਗ ਸੁਪਰੀਮ ਕੋਰਟ ਵੱਲੋਂ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇ ਦੇ 500 ਮੀਟਰ ਦੇ ਘੇਰੇ ਵਿੱਚ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਾਈ ਗਈ ਸੀ ਜਿਸ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇ ਬਿਲਕੁਲ ਬੰਦ ਕਰ ਦੇਣ ਦੀ ਕਵਾਇਦ ਸ਼ੁਰੂ ਹੋਈ ਹੈ। ਹੁਣ ਇਸ ਮਸਲੇ 'ਚੋਂ ਮੈਰਿਜ ਪੈਲਸਾਂ ਨੂੰ ਰਿਆਇਤ ਦੇਣ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਸਲਾਹ ਮੰਗੀ ਸੀ ਜਿਸ ਉਪਰੰਤ ਨੰਦਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ ਪ੍ਰਤੀਬੰਧਿਤ ਥਾਂ ਤੇ ਮਹਿਜ ਸ਼ਰਾਬ ਦੀ ਵਿਕਰੀ ਤੇ ਹੀ ਲਾਗੂ ਹੁੰਦੇ ਨੇ ਨਾ ਕਿ ਸ਼ਰਾਬ ਦੇ ਸੇਵਨ ਤੇ। ਨੰਦਾ ਮੁਤਾਬਕ ਸੂਬੇ ਦੇ ਤਕਰੀਬਨ 1000 ਮੈਰਿਜ ਪੈਲਸ ਇਨ੍ਹਾਂ ਨਿਰਦੇਸ਼ਾਂ ਤੇ ਨੇ। ਉਧਰ ਮਸਲੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਰਿਜ ਪੈਲਸਾਂ ਵਿੱਚ ਪਾਰਕਿੰਗ ਦੀ ਸੁਵਿਧਾ ਉਪਲਬਧ ਹੁੰਦੀ ਹੈ ਜਿਸ ਕਾਰਨ ਇਹ ਵੱਖਰਾ ਮਸਲਾ ਹੈ। ਪਾਰਕਿੰਗ ਵੀ ਹੈਗੀ ਹੈ, ਉਹਦੇ ਕੋਲ ਹਰ ਸੁਵਿਧਾ ਹੈਗੀ ਹੈ, ਅੰਦਰ ਜਾ ਕੇ ਬੈਠ ਕੇ ਅਗਲਾ ਵਿਆਹ ਕਰਦਾ ਹੈ। ਸੋ ਇਹ ਜਿਹੜੀ ਵਿਕਰੀ ਵਾਲੀ ਗੱਲ ਹੈ ਔਰ ਮੈਰਿਜ ਪੈਲਸ ਵਾਲੀ ਡਿਫਰੈਂਟ ਹੈ, ਇਹਦੀ ਕਲੈਰੀਫਿਕੇਸ਼ਨ ਲੈਣੀ ਪਏਗੀ। ਉਹ ਲੈ ਕੇ ਜੇ ਨੰਦਾ ਸਾਹਿਬ ਕਹਿ ਰਹੇ ਕਿ ਹਜ਼ਾਰ ਜਿਹੜੇ ਹਜ਼ਾਰ ਘੱਟੋ ਘੱਟ ਮੈਰਿਜ ਪੈਲਸ ਨੇ ਉਹ 'ਚੋਂ ਬਾਹਰ ਆ ਗਏ, ਯਾਨੀ ਇੱਥੇ ਸਰਵ ਕੀਤੀ ਜਾ ਸਕਦੀ ਹੈ। ਠੀਕ ਹੈ, ਵਿਆਹਾਂ ਦੇ ਵਿੱਚ ਹੁੰਦਾ ਹੈ ਕੰਮ, ਪੰਜਾਬ ਦੇ ਵਿੱਚ ਤਾਂ ਹੋਣਗੇ।